ਅਕਾਲੀ ਦਲ ਨੂੰ ਲੋਕ ਇਸ ਤਰੀਕੇ ਨਾਲ ਦੇਖਣ ਲੱਗ ਪਏ ਕਿ ਜਦੋਂ ਅੰਮ੍ਰਿਤਪਾਲ ਨੇ ਐਲਾਨ ਕੀਤਾ ਕਿ ਮੈਂ ਉੱਥੋਂ ਖੜਾ ਹੋ ਰਿਹਾ ਤਾਂ ਇਹ ਐਕਸਪੈਕਟੇਸ਼ਨ ਬਣ ਗਈਆਂ ਅਕਾਲੀ ਦਲ ਤੋਂ ਕਿ ਅਕਾਲੀ ਦਲ ਉਹਦੀ ਸਪੋਰਟ ਕਰੇਗਾ ਜਿਹੜੀ ਕਿ ਤੁਸੀਂ ਨਹੀਂ ਕੀਤੀ, ਉਹਨੂੰ ਤੁਸੀਂ ਕਿਵੇਂ ਕਲੈਰੀਫਾਈ ਕਰੋ? ਮੈਂ ਕਰਦਾ, ਜੇ ਤੁਸੀਂ ਟੈਕਨੀਕਲੀ ਦੇਖੋ, ਅੰਮ੍ਰਿਤਪਾਲ ਬੰਦੀ ਸਿੱਖਣੀ ਹੈ, ਰੀਜ਼ਨ ਦੱਸਦਾ, ਉਹ ਹੁਣ ਤੱਕ ਹਲੇ ਅੰਡਰ ਟ੍ਰਾਇਲ ਹੈ, ਬੰਦੀ ਸਿੱਖ ਹੈ ਜਿਹੜੇ 33-30 ਸਾਲ ਜੇਲ੍ਹਾਂ ਚ ਕੱਟ ਕੇ ਆਏ ਆ, ਹਲੇ ਤਾਂ ਇਹਦਾ ਟ੍ਰਾਇਲ ਹੋਣਾ ਨਾ। ਐਂ ਤਾਂ ਬਾਦਲ ਸਾਹਿਬ ਵੀ ਤੁਸੀਂ ਕਹੋਗੇ ਬੰਦੀ ਸਿੱਖ ਹੈ, 16 ਸਾਲ ਜੇਲ੍ਹ ਕੱਟੀ ਹੈ, ਪਰ ਬਾਦਲ ਸਾਹਿਬ ਨੇ ਤਾਂ ਕਿਤੇ ਬੇਲ ਵਾਸਤੇ ਅਪਲਾਈ ਕੀਤਾ? ਜਾਂ ਤੁਸੀਂ ਦੇਖਿਆ ਹੋਣਾ ਕਿਤੇ ਮੈਂ ਜਾਂ ਮੇਰੀ ਮਦਰ ਧਰਨਾ ਦਿੰਦੇ ਸੀ ਸਾਡੇ ਫਾਦਰ ਨੂੰ ਛੱਡੋ, ਆ ਉਹ ਫਰਕ ਹੈ। ਭਾਈ ਅੰਮ੍ਰਿਤਪਾਲ ਦੇ ਖਿਲਾਫ਼ ਨਹੀਂ ਮੈਂ, ਦੇਖੋ ਮੈਂ ਪਰਸਨਲੀ ਕਿਸੇ ਦੇ ਖਿਲਾਫ਼ ਨਹੀਂ ਹੈ ਜੀ, ਧਰਮ ਪ੍ਰਚਾਰ ਕਰਨ ਮੈਂ ਵੈਲਕਮ ਕਰਦਾ, ਠੀਕ ਹੈ, ਹੈ ਲੋਕਾਂ ਨੂੰ ਨਸ਼ੇ ਤੋਂ ਛੁਡਾਉਣ ਮੈਂ ਵੈਲਕਮ ਕਰਦਾ, ਠੀਕ ਹੈ, ਪਰ ਇੱਕਦਮ MP ਇੱਕਦਮ ਕੋਈ ਦੁਬਈ ਤੋਂ ਆਉਂਦਾ ਹੈ, ਨਾ ਤੁਹਾਨੂੰ ਪਤਾ ਕਿੱਥੋਂ ਆਇਆ, ਕਿੱਥੇ ਪੜਿਆ, ਕੀ ਕਰਦੇ ਸੀ, ਇੱਕਦਮ ਆ ਕੇ ਹਲੇ ਬਾਲ ਵੀ ਕੱਟੇ ਆ ਕੋਈ, ਨਾ ਅੰਮ੍ਰਿਤ ਨਾ ਸਿੱਖ ਸਿੱਖ ਟੈਕਨੀਕਲੀ ਨਹੀਂ ਸੀ, ਭਾਵੇਂ ਧਰਮੋਂ ਸੀ ਪਰ ਨਾਲ ਬਾਲ ਸੀ, ਨਾ ਸਨਲੀ ਲੈਂਡ ਕਰਦੇ ਆ, ਇੱਕ ਮਿੰਟ ਸੀ ਅੰਮ੍ਰਿਤ ਛਕ ਲੈਂਦੇ, ਇੱਕਦਮ ਚ ਡਰੈਸ ਪਾ ਲੈਂਦੇ ਆ, ਇੱਕ ਪਾ ਕਹਿੰਦੇ ਜੀ ਮੈਂ ਕੌਨਸਟੀਟਿਊਸ਼ਨ ਹੀ ਮੰਨਦਾ, ਖਾਲਿਸਤਾਨ ਦੀ ਗੱਲ ਕਰ ਲੈਂਦੇ ਆ, ਤੇ ਆ ਆਪਣੀ ਫਿਰ ਆਪਣੀ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਕਿਵੇਂ ਅਲਾਓ ਕਰਤਾ ਸਾਰਾ ਕੁਛ? ਨਹੀਂ ਫਿਰ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੌਣ? ਮੈਂ ਉਹੀ ਕਹਿ ਰਿਹਾ ਕਿ ਆਹ ਸਵਾਲ ਹੈ ਜਿਹਦੇ ਜਵਾਬ ਮੈਨੂੰ ਵੀ ਨਹੀਂ ਮਿਲੇ ਹਲੇ ਤੱਕ, ਤੇ ਮੈਂ ਚਾਹੁੰਦਾ ਜਨਤਾ ਨੂੰ ਕਿ ਉਹ ਸਵਾਲ ਆਪਣੇ ਮਨ ਚ ਲੈ ਕੇ ਉਹਦਾ ਜਵਾਬ ਲਓ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਪਿੱਛੇ ਕੋਈ ਫੋਰਸਿਸ ਨੇ? ਮੈਂ ਦੱਸਾਂ ਜਿਹਨੂੰ ਕੋਈ ਜਾਣਦਾ ਹੀ ਨਹੀਂ, 2 ਮਹੀਨੇ ਦੇ 2 ਸਾਲਾਂ ਦੇ 1 ਸਾਲ 1.5 ਸਾਲ ਦੇ ਅੰਦਰ ਅੰਦਰ ਸਾਰਾ ਕੁਛ ਆ ਕੇ ਫਿਰ ਉਹਨੂੰ ਪਿਕਅਪ ਕਰਕੇ ਉੱਥੇ ਲਿਆ ਜਾਂਦਾ, ਫਿਰ ਉੱਥੋਂ ਫਿਰ ਤੋਂ ਇਲੈਕਸ਼ਨ ਚ ਲਿਆਇਆ ਜਾਂਦਾ। ਹਿਊਮਨ ਰਾਈਟਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕਹਿੰਦੇ ਅੰਮ੍ਰਿਤਪਾਲ ਦੇ ਵੀ ਹੈਗੇ ਨੇ, ਉਸ ਨੂੰ ਲੈ ਕੇ ਮੈਂ ਇਕੱਲ ਕਿਹਾ ਅਸੀਂ NSA ਦੇ ਖਿਲਾਫ ਹੈ, ਅਸੀਂ ਇਸ ਅਸੀਂ ਆ ਵੀ ਕਿਹਾ ਅਸੀਂ NSA ਦੇ ਖਿਲਾਫ ਆ, ਅੰਮ੍ਰਿਤਪਾਲ ਤੇ NSA ਨਹੀਂ ਲੱਗਣੀ ਚਾਹੀਦੀ। ਦੂਜੀ ਗੱਲ, ਜੇ ਜੇਲ੍ਹ ਚ ਰੱਖਣਾ ਉਹਨਾਂ ਨੂੰ ਪੰਜਾਬ ਚ ਰੱਖਣਾ ਚਾਹੀਦਾ, ਜਿੰਨਾ ਤੱਕ ਜੋ ਵੀ ਜੇ ਗੁਨਾਹ ਹੈ ਤਾਂ ਪੰਜਾਬ ਚ ਰੱਖੋ, ਉੱਥੇ ਜਾਣ ਦਿਬਰੂਗੜ੍ਹ ਵਾਸੀ ਦਾ ਪਹਿਲੇ ਵੀ ਕੰਡੀਸ਼ਨ, ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਿਹਾ ਸੀ ਕਿ ਇਹਨੂੰ ਵਾਪਸ ਪੰਜਾਬ ਲਿਆਉਣਾ ਚਾਹੀਦਾ। ਯੂ ਕਾਂਟ, ਐ ਨਹੀਂ ਹੈ ਕਿ ਤੁਸੀਂ ਚੱਕ ਕੇ ਹਿਊਮਨ ਰਾਈਟਸ ਵਾਇਲੇਸ਼ਨ ਕਰਨ ਲੱਗ ਜਾਓ। ਹਾਂ, ਮਤਲਬ ਲੋਕ ਸਮਝਣਾ ਚਾਹੁੰਦੇ ਨੇ ਕਿ ਅੰਮ੍ਰਿਤਪਾਲ ਨੂੰ ਲੈ ਕੇ ਤੁਹਾਡਾ ਸਟੈਂਡ ਜੋ ਹੈ ਉਹ ਖਾਲਿਸਤਾਨ ਦਾ ਜ਼ਿਕਰ ਕਰਦਾ ਅੰਮ੍ਰਿਤਪਾਲ, ਜਿੱਥੇ ਵੀ ਆਪਾਂ ਉਹਨੂੰ ਜਦੋਂ ਸੁਣਿਆ ਬਾਹਰ ਸੀ ਜੇਲ੍ਹ ਤੋਂ। ਅਕਾਲੀ ਦਲ ਦਾ ਸਟੈਂਡ ਕੀ ਹੈ? ਅੰਮ੍ਰਿਤਪਾਲ ਖਾਲਿਸਤਾਨ ਦਾ ਸਟੈਂਡ ਉਹ ਜ਼ਿਕਰ ਕਰਦਾ, ਜੇ ਬੰਦਾ ਖਾਲਿਸਤਾਨ ਚਾਹੁੰਦਾ ਤੇ ਫਿਰ ਉਹ ਤਗੜੇ ਹੋ ਕੇ ਉਸ ਲਾਈਟ ਤੇ ਫਿਰ ਭੱਜ ਕਿਉਂ ਗਿਆ? ਜਦੋਂ ਪੁਲਿਸ ਆਈ ਇਕਦਮ ਭੱਜ ਕਿਉਂ ਗਿਆ? ਮੇਰੀ ਬੜੀ ਕਲੀਅਰ ਹੈ, ਆਹ ਦੇਸ਼ ਸਾਡਾ ਹੈ ਤੇ ਇਸ ਦੇਸ਼ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਸਿੱਖ ਭੈਣ ਭਰਾਵਾਂ ਦਾ ਹੈ। ਤੁਹਾਨੂੰ ਲੱਗਦਾ ਖਾਲਿਸਤਾਨ ਵਰਗੀਆਂ ਮੰਗਾਂ ਲਈ ਸਪੇਸ ਹੈ ਪੰਜਾਬ ਦੇ ਵਿੱਚ? ਨਹੀਂ,